समाज दिया
ਆਪਣਾ ਨੂੰ ਸਾਹਮਣੇ ਦੇਖ ਕੇ ਸੁੱਖ ਢੂੰਡ ਲਿਆ। ਪਦਾਰਥ ਦੇ ਖੇਤਰ ਵਿੱਚ ਚਾਹਤ ਰੱਖਣ ਵਾਲਾ ਮਨੁੱਖ ਦਿਨ ਰਾਤ ਪਦਾਰਥ ਢੂੰਡ ਰਿਹਾ ਹੈ। ਹੈ ਤਾਂ ਢੂੰਡਣਾ, ਭਾਵੇਂ ਇਹਦੇ ਤੋਂ ਅੱਗੇ ਵੱਧ ਕੇ ਕੋਈ ਮਨੁੱਖ ਰੱਬ ਵੀ ਢੂੰਡ ਰਿਹਾ। ਅਸੀਂ ਆਖਾਂਗੇ ਦੁਨੀਆਂ ਦੇ ਲੋਕ ਵੀ ਤਾਂ ਢੂੰਡ ਰਹੇ ਨੇ, ਚੰਗਾ ਹੈ ਉਹ ਮਨੁੱਖ ਜਿਹੜਾ ਰੱਬ ਢੂੰਡ ਰਿਹਾ, ਕਮ ਸੇ ਕਮ ਰੱਬ ਨੂੰ ਤਾਂ ਢੂੰਡ ਰਿਹਾ ਨਾ, ਪਦਾਰਥ ਤੇ ਨਹੀਂ। ਪਰ ਗੁਰੂ ਨੇ ਅੱਜ ਦੇ ਇਸ ਸ਼ਬਦ ਵਿੱਚ ਸੰਬੋਧਨ ਕਰਕੇ ਇੱਕ ਵਿਚਾਰਧਾਰਾ ਨੂੰ ਸਾਡੇ ਸਾਹਮਣੇ ਜਨਮ ਦਿੱਤਾ। ਕਹਿਣ ਲੱਗੇ ਬਹੁਤ ਦੇਰ ਹੋਈ, ਮੈਂ ਵੀ ਇੱਕ ਵਾਰ ਵਿਚਾਰ ਦਿੰਦਿਆਂ ਇੱਕ ਗੱਲ ਕਹੀ ਸੀ ਕਿ ਢੂੰਡਣ ਤੇ ਉਡੀਕਣ ਵਿੱਚ ਫਰਕ ਹੈ। ਢੂੰਡਣ ਤੇ ਉਡੀਕਣ ਵਿੱਚ ਅੰਤਰ ਹੈ। ਤੇ ਮੈਂ ਅਰਜ਼ ਕੀਤੀ ਸੀ ਜਿਹੜਾ ਢੂੰਡਣ ਵਾਲਾ ਹੈ ਉਹ ਬੇਕਾਰ ਹੋ ਜਾਂਦਾ ਹੈ, ਉਹ ਬੇਆਰਾਮ ਹੋ ਜਾਂਦਾ ਹੈ, ਉਹ ਬੇਟਿਕਾਣਾ ਹੋ ਜਾਂਦਾ ਹੈ। ਕਿਸੇ ਨੂੰ ਢੂੰਡ ਰਿਹਾ ਹੈ ਇੱਥੇ, ਉਹ ਢੂੰਡਣ ਦਾ ਮਤਲਬ ਹੀ ਬੇਟਿਕਾਣਾ ਹੋਣਾ। ਮੈਂ ਅਰਜ਼ ਕੀਤੀ ਸੀ ਉਡੀਕਣ ਵਾਲਾ ਟਿਕ ਜਾਂਦਾ, ਉਹ ਕਿਸੇ ਨੂੰ ਉਡੀਕ ਰਿਹਾ ਬਲਕਿ ਘਰ ਛੱਡਦਾ ਹੀ। ਇਸ ਲਈ ਢੂੰਡਣਾ ਕਿਸੇ ਚੀਜ਼ ਦਾ ਵੀ ਕੋਈ ਸੁੱਖ ਨਹੀਂ। ਪਦਾਰਥ ਢੂੰਡਣ ਵਾਲਾ ਵੀ, ਸਮਾਜ ਨੂੰ ਢੂੰਡਣ ਵਾਲਾ, ਸਮਾਜ ਦੇ ਸੁੱਖ ਢੂੰਡਣ ਵਾਲਾ, ਤੇ ਇਵਨ ਰੱਬ ਦੀ ਢੂੰਡ ਕਰਨ ਵਾਲਾ ਵੀ ਸੁਖੀ ਨਹੀਂ, ਗੁਰੂ ਨੂੰ ਵੀ ਪਰਵਾਹ ਨਹੀਂ। ਕਿਉਂ? ਕਿਉਂਕਿ ਗੁਰੂ ਨਾਨਕ ਨੇ ਵੇਖਿਆ, ਗੁਰੂ ਨੇ ਤੱਕਿਆ ਕਿ ਪਦਾਰਥ ਢੂੰਡਣ ਵਾਲਾ ਦਿਨ ਦੇ ਚਾਨਣ ਤੇ ਰਾਤ ਦੇ ਅੰਧੇਰੇ ਵਿੱਚ ਪਦਾਰਥ ਇਕੱਠੇ ਕਰਦਾ ਹੈ, ਢੂੰਡ ਰਿਹਾ ਹੈ। ਪਰ ਜਿਹੜਾ ਰੱਬ ਨੂੰ ਢੂੰਡਣ ਵਾਲਾ ਹੈ ਉਹਨੂੰ ਵੀ ਮੁਖਾਤਬ ਕਰਕੇ ਇੱਕ ਗੱਲ ਗੁਰੂ ਨੂੰ ਆਖਣੀ ਪਈ। ਕਹਿਣ ਲੱਗੀ ਛੱਡ ਬੈਠਾ, ਪਰਿਵਾਰ ਤਿਆਗ ਬੈਠਾ, ਕਾਰੋਬਾਰ ਤੋਂ ਮੂੰਹ ਮੋੜ ਬੈਠਾ, ਜੰਗਲ ਬੀਆਬਾਨਾਂ ਵਿੱਚ ਜਿੱਥੇ ਕੋਈ ਉਲੀਕੇ ਹੋਏ ਰਸਤੇ ਨਹੀਂ, ਜਿੱਥੇ ਕੋਈ ਮੰਜ਼ਿਲ ਨਹੀਂ ਦਿਸਦੀ, ਬੇਮੰਜ਼ਿਲ ਤੁਰ ਰਹੇ ਹਨ। ਗੱਲ ਕਰਿਓ, ਸੰਸਾਰ ਅੰਦਰ ਦੁਨਿਆਵੀ ਪੱਧਰ ਤੇ ਕਿਸੇ ਸੜਕ ਤੇ ਰੋਡ ਤੇ ਤੁਰਨਾ ਆਸਾਨ, ਪਰ ਜੰਗਲਾਂ ਵਿੱਚ ਤੁਰਨਾ ਬੜਾ ਔਖਾ ਹੈ। ਉਹਦਾ ਕਾਰਨ ਕੀ ਹੁੰਦਾ? ਨਾ ਰਾਹ ਦਿਸਦਾ, ਨਾ ਮੰਜ਼ਿਲ ਦਿਸਦੀ। ਕਿੰਨਾ ਰਾਹਾਂ ਤੇ ਤੁਰਨਾ ਪਤਾ ਹੀ ਕੋਈ ਨਹੀਂ। ਪਗਡੰਡੀ
ਕਿੱਧਰ ਨੂੰ ਜਾਂਦੀ ਹੈ, ਇਹਨੇ ਕਿੱਥੇ ਪਹੁੰਚਾਉਣਾ ਹੈ, ਕਿਹੜੀ ਮੇਰੀ ਮੰਜ਼ਿਲ ਹੈ, ਪਤਾ ਹੀ ਕੁਛ ਨਹੀਂ। ਜੰਗਲ ਗੁਰੂ ਨੇ ਹੱਥ ਦਿੱਤਾ, ਕਹਿਣ ਲੱਗੀ ਸੁੱਕੀਆਂ ਹੋਈਆਂ ਲੱਕੜਾਂ ਨੂੰ ਜਿਨ੍ਹਾਂ ਦੇ ਨਾਲ ਕੰਡੇ ਹੋ ਮੋੜੇ ਤੇ ਜੰਗਲ ਵਿੱਚ ਹੈ ਕਿ ਵਣ ਜਾਂ ਤਾਂ ਬੂਟੇ ਹੀ ਨੇ ਜਾਂ ਕੰਡੇ ਨੇ ਜਾਂ ਮੋੜੇ ਨੇ ਤੇ ਕੀ ਕਿਹੜੀ ਅਜੀਬ ਗੱਲ ਹੈ ਜਿਸ ਨੂੰ ਢੂੰਡ ਰਿਹਾ ਹੈ ਉਹ ਬੜਾ ਸੌਫਟ ਹੈ, ਬੜਾ ਮੁਲਾਇਮ ਹੈ, ਬੜਾ ਨਿਰਮਲ ਹੈ ਕਿ ਉਹ ਕੰਡਿਆਂ ਵਿੱਚ ਰਹਿੰਦਾ ਗੁਰੂ ਨੇ ਆਖਿਆ ਕਹਿਣ ਲੱਗੀ ਜੰਗਲ ਜੰਗਲ ਅੱਗੇ ਜਾ ਕੇ ਇੱਥੋਂ ਤੱਕ ਆਖ ਦਿੱਤਾ ਨਾ ਤੂੰ ਆਵੇ ਬਸ ਤੀਰਥ ਨਹੀਂ ਹੈ ਕਾਹੇ ਪਰਮਤ ਹੋ ਨਾ ਤੂੰ ਆਵੇ ਬਸ ਤੀਰਥ ਨਹੀਂ ਹੈ ਧਰਤੀ ਨੂੰ ਮਾਪਦਾ ਫਿਰ ਇਹ ਵੀ ਫਸਲ ਹੋ ਗਿਆ ਮੈਂ ਪੈਦਲ ਤੁਰ ਕੇ ਇੰਨਾ ਸਫ਼ਰ ਮੈਂ ਉਹ ਵੀਰ ਬਹੁਤ ਨਜ਼ਦੀਕੀ ਦੇਖੇ ਜਿਹੜੇ ਪੈਰੋਂ ਨੰਗੇ ਬੜੇ ਫਖਰ ਨਾਲ ਆਖਣਗੇ ਜੀ ਮੈਂ ਤੇ ਹਰ ਸਾਲ ਪੈਰੋਂ ਨੰਗਾ ਪੈਦਲ ਤੁਰ ਕੇ ਅੰਮ੍ਰਿਤਸਰ ਜਾਂਦਾ ਤੁਸੀਂ ਹਿੰਦੁਸਤਾਨ ਦੀਆਂ ਸੜਕਾਂ ਤੇ ਦੇਖਦੇ ਹੋਵੋਗੇ ਦੇਵੀ ਦੇ ਦਰਸ਼ਨਾਂ ਦੇ ਜਾਣ ਵਾਲੇ ਲੋਕ ਲੰਬੇ ਪੈ ਕੇ ਡੰਡੌਤ ਕਰਕੇ ਹੱਥ ਅੱਗੇ ਕਰਕੇ ਜਿੱਥੇ ਹੱਥ ਪਹੁੰਚ ਗਏ ਉੱਥੇ ਨਿਸ਼ਾਨ ਲਾ ਲੈਂਦੇ ਨੇ ਫਿਰ ਉੱਠਦੇ ਨੇ ਤੇ ਉੱਥੇ ਪੈਰ ਰੱਖ ਕੇ ਫਿਰ ਅੱਗੇ ਲੰਬੇ ਪੈਂਦੇ ਨੇ ਧਰਤੀ ਧੋਣੇ ਵਾਲੇ ਲੋਕ ਕਿਹੜੇ ਸੌਖੇ ਨੇ ਫਿਰ ਲੰਬੇ ਪੈ ਜਾਂਦੇ ਨੇ ਫਿਰ ਜਿੱਥੇ ਹੱਥ ਲੱਗ ਜਾਏ ਉੱਥੇ ਨਿਸ਼ਾਨ ਫਿਰ ਉੱਠ ਖਲੋਂਦੇ ਨੇ ਫਿਰ ਉੱਥੇ ਪੈਰ ਰੱਖਦੇ ਨੇ ਫਿਰ ਲੰਬੇ ਪੈ ਜਾਂਦੇ ਨੇ ਭਲਾ ਸੋਚਿਓ ਜ਼ਿੰਦਗੀ ਦਾ ਜੀਵਨ ਦਾ ਕੀਮਤੀ ਸਮਾਂ ਜਿਹੜਾ ਮੁੜ ਨਹੀਂ ਮਿਲਣਾ ਕੀਮਤੀ ਸਮਾਂ ਉਹਨਾਂ ਰਾਹਾਂ 'ਤੇ ਕਿਵੇਂ ਗੁਜ਼ਾਰਦੇ ਨੇ ਇਹ ਤੁਸੀਂ ਅਸੀਂ ਸਾਰੇ ਅੰਦਾਜ਼ਾ ਲਗਾ ਸਕਦੇ ਉਹ ਵਣ ਕੱਡਾ ਮੋੜੇ ਨਾਲ ਵੀ ਔਖਾ ਹੈ ਪਰ
ਉਹ ਸਮਝਦੇ ਨੇ ਇਹੋ ਧਰਤੀ ਨੂੰ ਮਿਲ ਮਿਲ ਕੇ ਚੱਲਣ ਨਾਲ ਤੇ ਆਪਣੇ ਇਸ਼ਟ ਤੱਕ ਪਹੁੰਚਣ ਨਾਲ ਕਿਸੇ ਦੇਵੀ ਦੇਵਤੇ ਦੇ ਮੰਦਰ ਤੱਕ ਪਹੁੰਚਣ ਨਾਲ ਖੌਰੇ ਉਹ ਦੇਵਤਾ ਪ੍ਰਸੰਨ ਹੋ ਜਾਏ। ਅਕਸਰ ਇਹ ਚੀਜ਼ ਤੁਸੀਂ ਆਮ ਦੇਖ ਸਕਦੇ ਹੋ ਹਰ ਸਾਲ ਵਿੱਚ ਉੱਥੇ, ਪਰ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੇ ਸਿੱਖ ਨੂੰ ਵਿਖੜੇ ਲਾਉਣ ਲੰਘਾ ਹੋਵੇ ਮੇਰਾ ਸਤਿਗੁਰ ਇਹਨਾਂ ਵਿਖੜੇ ਦਾਵਾਂ ਵਿੱਚ ਨਹੀਂ ਪਾਇਆ। ਇਹਨਾਂ ਔਖੇ ਰਸਤਿਆਂ ਤੇ ਚੱਲ ਕੇ ਬੇਮੰਜ਼ਿਲ ਤੁਰਿਆ ਜਾਣਾ ਜੰਗਲਾਂ ਦੇ ਕੰਢਿਆਂ ਵਾਂਗੂ ਸਫ਼ਰ ਕਰ ਕਰਕੇ ਇਹੋ ਜਿਹਾ ਜੀਵਨ ਜਿਉਣਾ ਨਹੀਂ ਸਿਖਾਇਆ। ਤੁਸੀਂ ਕਾਰਪਟ ਤੇ ਬੈਠੇ ਹੋ, ਮੌਸਮ ਅਨੁਸਾਰ ਵੈਦਰ ਅਨੁਸਾਰ ਆਪਣੇ ਇਸ ਹਾਲ ਵਿੱਚ ਹੀਟ ਬਣਾ ਲਈ। ਇੱਥੇ ਬੈਠ ਕੇ ਅਸੀਂ ਕਰ ਕੀ ਰਹੇ ਹਾਂ? ਕੇਵਲ ਰੱਬ ਦੀਆਂ ਗੱਲਾਂ, ਪਰ ਗੁਰੂ ਇੱਥੋਂ ਵੀ ਆਉਣਾ ਚੁੱਕਦਾ, ਕਹਿੰਦੇ ਨੇ ਗੱਲਾਂ ਨਹੀਂ ਰੱਬ ਪ੍ਰਤੀ ਕੁਝ ਸਮਝ। ਗੱਲਾਂ ਨੂੰ ਵੀ ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਗੁਰੂ ਨੇ ਆਖਿਆ ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਬਾਤ ਨਹੀਂ ਅਸਮਾਨ ਕਰਾਵੇ। ਗੱਲਾਂ ਨਾਲ ਬਾਤਾਂ ਨਾਲ ਅਸਮਾਨ ਨੂੰ ਟਾਕੀਆਂ ਲਾਉਣੀਆਂ। ਗੁਰੂ ਕਹਿੰਦੇ ਨਹੀਂ, ਇਹ ਮੇਰੇ ਸੰਗਤ ਤਜ ਅਭਿਮਾਨ ਸ਼ਬਦ ਬੜਾ ਗਹਿਰਾਈ ਵਿੱਚ ਜਾਣ ਵਾਲਾ। ਜੇ ਰੱਬ ਸਾਰੀਆਂ ਥਾਵਾਂ ਤੇ ਵਸਦਾ ਹੈ, ਸਵਾਲ ਖੜਾ ਹੋ ਗਿਆ, ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ। ਹੇ ਭਾਈ, ਕਿਉਂ ਰੱਬ ਨੂੰ ਢੂੰਡਣ ਦੇ ਖਿਆਲ ਨਾਲ ਜੰਗਲਾਂ ਵਿੱਚ ਪਿਆ ਭਟਕਣਾ? ਜੰਗਲ ਵਿੱਚ ਤਾਂ ਕੋਈ ਮੰਜ਼ਿਲ ਹੀ ਨਹੀਂ ਹੁੰਦੀ, ਕੋਈ ਰਾਹ ਵੀ ਨਹੀਂ ਹੁੰਦਾ। ਪ੍ਰਭੂ ਦੇ ਦਰਬਾਰ ਦਾ ਰਾਹ ਜੰਗਲਾਂ ਵਿੱਚੋਂ ਲੰਘਦਾ, ਪਰ ਤੂੰ ਤੁਰਿਆ ਜਾਂਦਾ ਬੇਮੰਜ਼ਿਲ ਤੁਰਿਆ ਜਾਂਦਾ। ਕਾਹੇ ਭਰਮਤ ਹੋ ਤੂੰ ਭਰਮੋ ਨਾ ਭਾਈ। ਇਹ ਭਾਈ, ਹੇ ਮਿੱਤਰੋ, ਐਵੇਂ ਨਾ ਦੌੜੇ ਫਿਰੋ। ਜੇ ਕੋਈ ਪੁੱਛੇ ਕਿਉਂ ਰੱਬ ਨੂੰ ਮਿਲ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਆਖਿਆ, ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੂਖ ਤੀਰਥ ਕੀ, ਜੋਗੀ ਜਤੀ ਜੁਗਤ ਮੇਰੇ ਉੱਤੇ, ਕਰ ਕਰ ਭਗਵੇ ਵੇਗ ਪੈ। ਤੈਨੂੰ ਮਿਲਣ ਲਈ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਭਟਕਦੇ ਰਹੇ, ਬੇ ਟਿਕਾਣੇ ਬੇਮੰਜ਼ਿਲ। ਗੁਰੂ ਨੇ ਰਹਿਮਤ ਕੀਤੀ, ਜ਼ਰਾ ਉਸ ਰਹਿਮਤ ਨੂੰ ਸਮਝਣਾ ਕਿੰਨੀ ਸਪਸ਼ਟ ਕੀਤੀ। ਕਹਿਣ ਲੱਗੇ, ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ। ਹੇ ਮਿੱਤਰੋ, ਬਿਲਕੁਲ ਭਰਮਣਾ ਦੌੜਨਾ ਰੱਬ ਨੂੰ ਢੂੰਡਣਾ ਭਰਨਾ ਛੱਡ ਦਿਓ। ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ। ਕਹਿਣ ਲੱਗੇ, ਭਰਮ ਦੇ ਉਹ ਨੇ ਜਿਹਨਾਂ ਨੂੰ ਇੱਥੇ ਕੋਈ ਚੀਜ਼ ਨਾ ਮਿਲੇ, ਕਿਤੇ ਹੋਰ ਜਾ ਕੇ ਭਾਲ ਕੇ ਲਿਆਉਣੀ ਪਏ। ਕਈ ਵਾਰੀ ਮੇਰੇ ਖਿਆਲ ਕਿ ਵੀ ਤੁਹਾਡਾ ਇੱਕ ਵਾਰ ਸਾਰੀ ਕੀਤੀ ਸੀ ਆਪਣੇ ਜੀਵਨ ਦੀ ਹੱਡ ਬੀਤੀ, ਕਿ ਸੋਨੀਪਤ ਦੇ ਕੋਲ ਇੱਕ ਥੈਰੇਪੀ ਦਾ ਸਥਾਨ ਬਣਿਆ ਹੋਇਆ, ਕਿਸੇ ਹਿੰਦੂ ਸੰਤ ਦਾ ਡੇਰਾ ਬਣਾਇਆ, ਉੱਥੇ ਉਹ ਥੈਰੇਪਿਸਟ ਰੱਖੇ ਹੋਏ। ਅਸੀਂ ਵੀ ਦੋਨੋਂ ਜੀ ਥੈਰੇਪੀ ਵਾਸਤੇ ਉੱਥੇ ਇੱਕ ਹਫ਼ਤੇ ਵਾਸਤੇ ਗਏ। ਸ਼ਾਮਾਂ ਦਾ ਟਾਈਮ ਸੀ, ਇੱਕ ਦਿਨ ਉਹਨਾਂ ਵੇਖਿਆ ਵੀ ਬੰਦਾ ਕੋਈ ਧਾਰਮਿਕ ਹੈ। ਇੱਕ ਦਿਨ ਸ਼ਾਮਾਂ ਨੂੰ ਬਾਹਰ ਖੜੇ ਸਨ,
ਤੁਰਨ ਲੱਗੇ ਤੇ ਉਸ ਸਾਧੂ ਦਾ ਕੋਈ ਉਪਾਸ਼ਕ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਭਾਈ ਸਾਹਿਬ ਬਾਬਾ ਜੀ ਆ ਰਹੇ, ਗੁਰੂ ਜੀ ਆ ਰਹੇ, ਦਰਸ਼ਨ ਕਰੋਗੇ? ਉਸ ਪਾਸੇ ਆ ਰਹੇ ਸੀ ਉਹਨਾਂ ਦੇ, ਗੁਰੂ ਜੀ ਆ ਰਹੇ, ਦਰਸ਼ਨ ਕਰੋਗੇ? ਮੈਂ ਉਹਨੂੰ ਇੱਕ ਜਵਾਬ ਦਿੱਤਾ, ਮੈਂ ਕਿਹਾ ਕਰਾਂ ਕੀ, ਸਾਡਾ ਗੁਰੂ ਕਿਤੇ ਜਾਂਦਾ ਹੀ ਨਹੀਂ, ਜਿਹੜਾ ਜਾਂਦਾ ਹੈ ਉਹ ਹੀ ਆਉਂਦਾ ਹੈ, ਜਿਹੜਾ ਜਾਂਦਾ ਹੀ ਨਹੀਂ ਉਹਨੇ ਆਉਣਾ ਕੀ? ਮੈਂ ਕਿਹਾ ਸਾਡਾ ਗੁਰੂ ਕਿਤੇ ਨਹੀਂ ਜਾਂਦਾ, ਗੁਰੂ ਮੇਰੇ ਸੰਗ ਸਦਾ ਹੈ, ਨਾਲ ਉਹ ਕਿਤੇ ਨਹੀਂ ਜਾਂਦਾ। ਇਸ ਲਈ ਸਾਨੂੰ ਇਹ ਉਡੀਕ ਹੀ ਨਹੀਂ ਹੁੰਦੀ ਵੀ ਸਾਡਾ ਗੁਰੂ ਕਿਤੋਂ ਆਵੇਗਾ, ਉਹ ਸਾਡੇ ਕੋਲ ਹੀ ਹੁੰਦਾ ਹੈ। ਇੱਕ ਗੱਲ ਗੁਰੂ ਨੇ ਆਪਣੀ ਗੁਰਮਤ ਵਿੱਚ ਸਾਨੂੰ ਪੜ੍ਹਾਈ, ਕਹਿਣ ਲੱਗੇ ਕਾਹੇ ਵਰਮਤ ਹੋ ਤੁਮ ਵਰਮੋ ਨ ਮਾਈ, ਭਰਮ ਨਾ ਛੱਡ ਦਿਓ, ਕਿਉਂ ਰਵਿਆ ਦੇ ਰਵਿਆ ਸਭ ਥਾਨ, ਉਹ ਮਾਲਕ ਤਾਂ ਹਰ ਥਾਂ ਦੇ ਹਰ ਟਿਕਾਣੇ ਤੇ ਬੈਠਾ ਹੈ, ਇਸ ਲਈ ਉਹਨੂੰ ਢੂੰਡਣ ਕਿਉਂ ਜਾ ਰਿਹਾ, ਕਿਉਂ ਭਰਮ ਰਿਹਾ, ਕਿਉਂ ਦਿਨ ਰਾਤ ਸਫ਼ਰ ਕਰ ਰਿਹਾ? ਕਾਹੇ ਵਰਮਤ ਹੋ ਤੁਮ ਵਰਮੋ ਨ ਮਾਈ, ਰਵਿਆ ਦੇ ਰਵਿਆ ਸਰਬ ਥਾਨ। ਤੇ ਇਹ ਵੀ ਸਮਝ ਲੈ, ਇਹ ਨਹੀਂ ਕਿ ਉਹਦੀ ਸ਼ਕਲ ਦੇ ਬਹੁਤ ਸਾਰੇ ਹੋਰ ਰੱਬ ਹੋਰ ਪ੍ਰਭੂ ਥਾਂ ਥਾਂ ਬੈਠੇ ਨੇ, ਕਹਿਣ ਲੱਗੇ ਵੀ ਨਹੀਂ, ਇੱਕ ਹੈ ਰਹੇ ਹਰ ਇੱਕ ਹੈ ਜਾਣ, ਮੇਰਾ ਮਾਲਕ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਮੇਰਾ ਮਾਲਕ ਇੱਕੋ ਹੈ। ਤੇ ਹਰ ਥਾਂ ਤੇ ਉਹ ਹੈ, ਇਹ ਗੱਲ ਵੱਖਰੀ ਹੈ ਕਿ ਤੈਨੂੰ ਇਸ ਦੀ ਗੱਲ ਤੇ ਵਿਸ਼ਵਾਸ ਕਰਨ ਲਈ ਗੁਰਮੁਖ ਬਣਨਾ ਪਏਗਾ, ਭਾਵ ਗੁਰੂ ਦੇ ਰਾਹੀਂ ਇਸ ਗੱਲ ਤੇ ਵਿਸ਼ਵਾਸ ਕਰਨਾ ਪਏਗਾ। ਇਹ ਕਹਿ ਰਹੇ ਹਰ ਇੱਕ ਹੈ ਜਾਣ, ਇੱਕ ਰਹੇ ਗੁਰਮੁਖ ਜਾਣ, ਹੇ ਗੁਰਮੁਖ ਉਸ ਪ੍ਰਭੂ ਨੂੰ ਇੱਕੋ ਪ੍ਰਭੂ ਨੂੰ ਸਮਝ ਹਰ ਥਾਂ ਤੇ ਰਹਿ ਰਿਹਾ। ਹੁਣ ਇੱਥੇ ਇੱਕ ਸਵਾਲ ਖੜਾ ਹੋਇਆ ਜਿਹੜਾ ਅਗਲੀ ਲਾਈਨ ਅੰਦਰ ਇੱਕ ਐਗਜ਼ਾਮਪਲ ਨਾਲ ਸਮਝਾਇਆ ਨੇ, ਕਿ ਲੱਗੇ ਜੀ ਰੱਬ ਹਰ ਥਾਂ ਤੇ ਵੱਸਦਾ, ਮੇਰੇ ਤੁਹਾਡੇ ਸਾਰਿਆਂ ਵਿੱਚ ਰਹਿੰਦਾ, ਨਿਰੰਕਾਰ ਹਰ ਥਾਂ ਤੇ ਹਰ ਟਿਕਾਣੇ ਤੇ ਆਪਣੀ ਵੱਸੋ ਰੱਖਦਾ, ਮੈਨੂੰ ਉਹਨੂੰ ਭਾਲਣ ਜਾਣ ਦੀ ਲੋੜ ਨਹੀਂ, ਤੇ ਉਹਨੂੰ ਭਾਲਣਾ ਭਰਮਣਾ ਉਹਦੀ ਭਾਲ ਵਿੱਚ ਤੁਰਨ ਵਾਲੇ ਜਿੰਨੇ ਜੰਗਲਾਂ ਵਿੱਚ ਘਰ ਬਾਰ ਛੱਡ ਕੇ ਉਹਨੂੰ ਗੁਰੂ ਪ੍ਰਵਾਨ ਵੀ ਨਹੀਂ ਕਰਦਾ, ਤੇ ਫਿਰ ਮੈਨੂੰ ਇਹ ਦੱਸੋ ਰੱਬ ਮੈਨੂੰ ਮਿਲਦਾ ਕਿਉਂ ਨਹੀਂ? ਜੇ ਰੱਬ ਮੇਰੇ ਕੋਲ ਹੀ ਹੈ ਤਾਂ ਫਿਰ ਮੈਂ ਹੁਣ ਤੱਕ ਦੇਖਿਆ ਕਿਉਂ ਨਹੀਂ? ਲੋ ਇਸ ਗੱਲ ਤੇ ਬੜਾ ਖੂਬਸੂਰਤ ਗੁਰੂ ਨੇ ਇੱਕ ਉਦਾਹਰਨ ਦਿੱਤੇ ਤੇ ਕਹਿਣ ਲੱਗੇ, ਹਰ ਲੱਕੜੀ ਦੇ ਅੰਦਰ ਬਸੰਤਰ ਹੈ, ਅੱਗ ਹੈ। ਗੁਰੂ ਨੇ ਬਾਣੀ ਵਿੱਚ ਵੀ ਹੋਰ ਥਾਂ ਤੇ ਵੀ ਆਖਿਆ, ਬਨਸਪਤੀ ਵਿੱਚ ਅੱਗ ਹੈ, ਸਕਲ ਬਨਸਪਤ ਮੈਂ ਭਾਵ ਸਾਰੀ ਲੱਕੜੀ ਵਿੱਚ ਬਸੰਤਰ ਅੱਗ ਹੈ, ਹਰ ਦੁੱਧ ਵਿੱਚ ਕਿਉਂ ਹੈ,
ਪਰ ਦੁੱਧ ਵਿੱਚੋਂ ਘਿਓ ਪ੍ਰਾਪਤ ਕਰਨ ਲਈ ਕੁਝ ਕਰਨਾ ਪੈਂਦਾ ਨਾ ਘਿਓ ਤੱਕ ਪਹੁੰਚਣ ਲਈ ਕੁਝ ਕਰਨ ਦੀ ਲੋੜ ਹੈ ਦੁੱਧ ਤਾਂ ਦੁੱਧ ਹੈ ਇਹ ਵੀ ਪਤਾ ਇਹਦੇ ਵਿੱਚ ਘਿਓ ਹੈ ਪਰ ਦੁੱਧ ਵਿੱਚੋਂ ਘਿਓ ਦੇਖਣਾ ਹੋਵੇ ਤਾਂ ਕੁਝ ਕਰਨਾ ਪਏਗਾ ਇਸੇ ਤਰ੍ਹਾਂ ਜੇ ਸਾਰੇ ਬਨਸਪਤ ਲੱਕੜੀ ਵਿੱਚ ਅੱਗ ਹੈ ਪਰ ਅੱਗ ਦੇਖਣੀ ਹੋਵੇ ਦੇਖੋ ਆਪਾਂ ਤਾਂ ਇੱਧਰ ਦੇਖ ਲਿਆ ਜਿੰਨੇ ਘਰ ਨੇ ਉਹਦੇ ਵਿੱਚ ਬਹੁਤਾਤ ਵਿੱਚ ਲੱਕੜੀ ਲੱਗੀ ਹੁੰਦੀ ਹੈ ਉਹਦੇ ਵਿੱਚ ਅੱਗ ਹੈ ਅੱਗ ਸਾਨੂੰ ਚੰਗੀ ਨਹੀਂ ਲੱਗਦੀ ਉਹਨੂੰ ਬੁਝਾਉਣ ਲਈ ਅਸੀਂ ਇੱਕ ਮਹਿਕਮਾ ਬਣਾ ਦਿੱਤਾ ਜਿੰਦਾ ਕੰਮ ਹੀ ਅੱਗ ਬੁਝਾਉਣਾ ਹੈ ਜੇ ਅੱਗ ਬੁਝਾਉਣਾ ਤੁਹਾਡਾ ਕੰਮ ਹੈ ਤੇ ਤੁਸੀਂ ਲੱਕੜੀ ਦੇ ਮਕਾਨ ਨਾ ਬਣਾਓ ਕਦੇ ਕਿਸੇ ਨੇ ਸਵਾਲ ਕੀਤਾ ਲੱਕੜੀ ਦੇ ਮਕਾਨ ਹੀ ਨਾ ਬਣਾਓ ਤੁਹਾਨੂੰ ਪਤਾ ਹੋਵੇ ਲੱਕੜੀ ਤਾਂ ਅੱਗ ਹੈ ਉਹ ਕਹਿੰਦਾ ਕੁਛ ਨਹੀਂ ਲੱਕੜੀ ਦੇ ਅੰਦਰ ਦੀ ਅੱਗ ਜਿੰਨੀ ਦੇਰ ਪ੍ਰਗਟ ਨਾ ਹੋਵੇ ਕੁਝ ਨਹੀਂ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁੱਧ ਵਿੱਚ ਘਿਓ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹਰ ਇੱਕ ਚੀਜ਼ ਵਿੱਚ ਹਰ ਟਿਕਾਣੇ ਵਿੱਚ ਪ੍ਰਭੂ ਵਸਦਾ ਪਰ ਕੁਝ ਤਰੀਕੇ ਵਸੀਲੇ ਬਿਨਾਂ ਸੰਜਮ ਬਿਨਾਂ ਕੁਝ ਨਹੀਂ ਗੁਰੂ ਨੇ ਇੱਕ ਲਾਈਨ ਵਿੱਚ ਜਵਾਬ ਦਿੱਤਾ ਜੋ ਬਸੰਤਰ ਕਾਸ਼ਿਕ ਮਜ਼ਾਹਰ ਜਿਵੇਂ ਅੱਗ ਲੱਕੜੀ ਦੇ ਵਿੱਚ ਹੈ ਪਰ ਵਿਸ਼ਵਾਸ ਕਰ ਬਿਨ ਸੰਜਮ ਨਹੀਂ ਕਾਰਜਸਾਰ ਜੇ ਤੂੰ ਆਖੇ ਬਿਨਾਂ ਤਰੀਕੇ ਦੇ ਬਿਨਾਂ ਵਸੀਲੇ ਦੇ ਉਸ ਲੱਕੜ ਦੇ ਬਹੁਤ ਸਾਰੇ ਹਿੱਸੇ ਨੂੰ ਕਿਸੇ ਚੁੱਲ੍ਹੇ ਵਿੱਚ ਰੱਖਦੇ ਹਾਂ ਕਿਉਂਕਿ ਪਹਿਲੇ ਤੇ ਚੁੱਲ੍ਹਿਆਂ ਵਿੱਚ ਹੀ ਰੋਟੀ ਪੱਕਦੀ ਸੀ ਸਾਰੇ ਕੰਮ ਅੱਗ ਦੇ ਸਪੁਰਦ ਜਿਹੜੇ ਹੁੰਦੇ ਨੇ ਉਹ ਸਾਰੇ ਚੁੱਲ੍ਹੇ ਤੋਂ ਅੱਗ ਤੋਂ ਹੁੰਦੇ ਸਨ ਲੱਕੜੀ ਤੋਂ ਹੁੰਦੇ ਸਨ ਪਰ ਕਹਿੰਦੇ ਨੇ ਜੇ ਕੋਈ ਲੱਕੜੀਆਂ ਲਿਆ ਕੇ ਚੁੱਲ੍ਹੇ ਵਿੱਚ ਰੱਖ ਦੇਵੇ ਤੇ ਉੱਪਰ ਤਵਾ ਰੱਖੇ ਜਾਂ ਕੋਈ ਹਾਂਡੀ ਰੱਖੇ ਬਣ ਜਾਏ ਕੁਛ ਨਹੀਂ ਉਹਦੇ ਵਿੱਚੋਂ ਅੱਗ ਪੈਦਾ ਕਰਨੀ ਪੈਗੀ ਲੱਕੜ ਲਿਆ ਕੇ ਰੱਖਣ ਨਾਲ ਰੋਟੀ ਨਹੀਂ ਪੱਕ ਜਾਣੀ ਗੁਰੂ ਨੇ ਜਵਾਬ ਦਿੱਤਾ ਕਹਿਣ ਲੱਗੇ ਜੋ ਬਸੰਤਰ ਕਾਸ਼ਿਕ ਮਜ਼ਾਹਰ ਬਿਨ ਸੰਜਮ ਨਹੀਂ ਕਾਰਜ ਸਾਰ ਕੁਛ ਕੀਤੇ ਬਿਨਾਂ ਕੋਈ ਕੰਮ ਪੂਰਾ ਨਹੀਂ ਹੁੰਦਾ ਕਿਉਂਕਿ ਕਾਸ਼ਿਕ ਵਿੱਚ ਅੱਗ ਹੈ ਪਰ ਸਾਡੇ ਕੋਲ ਉਹ ਸੰਜਮ ਹੈ ਨੇ ਹੁਣ ਸਵਾਲ ਪੈਦਾ ਹੋਇਆ ਕਿ ਉਹ ਸੰਜਮ ਕਿੱਥੋਂ ਮਿਲੇ ਹਰ ਚੀਜ਼ ਦਾ ਜਵਾਬ ਬਾਣੀ ਵਿੱਚ ਹੈ ਗੁਰੂ ਕਹਿਣ ਲੱਗੇ ਜ਼ਰੂਰੀ ਹੈ ਸੰਜਮ ਕਹਿਣ ਲੱਗੇ ਰੱਬ ਵੀ ਅੰਦਰ ਹੈ ਤੂੰ ਜੰਗਲਾਂ ਵਿੱਚ ਐਵੇਂ ਭਟਕਦਾ ਫਿਰਦਾ ਦੁਖੀ ਹੋ ਰਿਹਾ ਉਸ ਮਾਲਕ ਨੂੰ ਢੂੰਡਣ ਲਈ ਕਾਹੇ ਵਰਮਤ ਹੋ ਤੂੰ ਵਰਮੋ ਨਾ ਭਾਈ ਹੈ ਭਾਈ ਹੈ ਮਿੱਤਰੋ ਰੱਬ ਨੂੰ ਭਾਲਣ ਲਈ ਢੂੰਡਣ ਲਈ ਤੀਰਥਾਂ ਤੇ ਜੰਗਲਾਂ ਵਿੱਚ ਨਾ ਭਰਮੋ ਘਰ ਆ ਜਾਓ ਰਵਿਆ ਰੇ ਰਵਿਆ ਸਰਬ ਥਾਨ ਉਹ ਮਨ ਤਾਂ ਹਰ ਥਾਂ ਤੇ ਰਹਿੰਦਾ ਤੇਰੇ ਕੋਲ ਵੀ ਹੈ ਜੀ ਮਿਲਦਾ ਕਿਵੇਂ ਹੁਣ ਕਿਉਂ ਨਹੀਂ ਤੇ ਜਵਾਬ ਸੀ ਜਿਉ ਬਸੰਤਰ ਕਾਸ਼ਿਤ ਮਜ਼ਾਰ ਬਿਨ ਸੰਜਮ ਨਹੀਂ ਕਾਰਜ ਸਾਰ
ਕਹਿਣ ਲੱਗੀ ਇਸੇ ਤਰ੍ਹਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਜਮ ਤਰੀਕਾ ਵਸੀਲਾ ਮਸ਼ਕਤ ਕੋਈ ਘਰ ਨਾ ਘਾਲਣੀ ਪੈਣੀ ਹੈ ਤਾਂ ਇਸ ਕਾਸ਼ਤ ਵਿੱਚੋਂ ਬਸੰਤਰ ਅੱਗ ਮਿਲਣੀ ਹੈ ਤਾਂ ਇਸ ਦੁੱਧ ਵਿੱਚੋਂ ਘਿਓ ਦੀ ਪ੍ਰਾਪਤੀ ਹੋਣੀ ਜੀ। ਉਹ ਸੰਜਮ ਕਿੱਥੋਂ ਮਿਲੇ? ਕਹਿਣ ਲੱਗੇ ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ। ਬਿਨਾਂ ਗੁਰੂ ਤੋਂ ਮਸਲਾ ਤਾਂ ਇਹੋ ਹੀ ਹੈ ਨਾ ਸਾਡੇ ਸਾਹਮਣੇ, ਸਾਡੇ ਗੁਰੂ ਦੀ ਪਛਾਣ ਨਹੀਂ। ਅੱਜ ਸਭ ਤੋਂ ਵੱਡਾ ਸਿੱਖ ਦੇ ਸਾਹਮਣੇ ਦੁਖਾਂਤ ਹੈ, ਕਿਉਂਕਿ ਸਿੱਖ ਲਫ਼ਜ਼ ਹੀ ਗੁਰੂ ਨਾਲ ਸੰਬੰਧ ਰੱਖਦਾ ਹੈ। ਜਿੱਥੇ ਗੁਰੂ ਨਹੀਂ ਉੱਥੇ ਸਿੱਖ ਦਾ ਕੋਈ ਸੰਬੰਧ ਨਹੀਂ। ਜੇ ਗੁਰੂ ਦਾ ਹੈ ਤਾਂ ਹੀ ਸਿੱਖ ਹੈ ਨਾ, ਤੇ ਜੇ ਗੁਰੂ ਦੀ ਪਛਾਣ ਨਾ ਹੋਵੇ ਢੂੰਡੇ ਨੇ ਤਾਂ ਉਹ ਤੇ ਉਹਦੀ ਢੂੰਡ ਕਿਵੇਂ ਖਤਮ ਹੋ ਗਏ ਹੋਵੇਗੀ ਜਿਹਨੂੰ ਮਿੱਤਰ ਦੀ ਪਛਾਣ ਹੀ ਨਹੀਂ। ਢੂੰਡਦਾ ਕੋਲੋਂ ਲੰਘ ਜਾਏਗਾ ਤਦ ਵੀ ਨਹੀਂ ਸੰਬੰਧ ਜੁੜੇਗਾ, ਕਿਉਂਕਿ ਪਛਾਣ ਨਹੀਂ। ਹੁਣ ਮਸਲਾ ਇਹ ਹੈ, ਪਹਿਲਾਂ ਗੁਰੂ ਦੀ ਪਛਾਣ ਤੇ ਫਿਰ ਗੁਰੂ ਦੇ ਰਾਹੀਂ, ਗੁਰੂ ਦੇ ਦਿੱਤੇ ਹੋਏ ਸੰਜਮ ਦੇ ਰਾਹੀਂ ਦੁੱਧ ਵਿੱਚੋਂ ਘਿਓ ਵਾਂਗੂ ਰੱਬ ਦੀ ਪਛਾਣ। ਇਸੇ ਸੰਸਾਰ ਵਿੱਚ ਮੇਰਾ ਮਾਲਕ ਰਹਿੰਦਾ ਹੈ, ਕਿਤੇ ਹੋਰ ਨਹੀਂ। ਐਵੇਂ ਨਾ ਜਗਲਿਆਂ ਵਿੱਚ ਭਟਕਦਾ ਰਹੇ, ਜਿੱਥੇ ਤੂੰ ਹੈ ਉੱਥੇ ਤੈਨੂੰ ਮਿਲ ਸਕਦਾ। ਆਹੁਣੇ ਬਾਬਾ ਰਾਮ ਸਵਾਮੀ ਰਾਮਾਨੰਦ ਜੀ ਦਾ ਇੱਕ ਲਫ਼ਜ਼ ਆਇਆ ਸੀ ਕਿ ਉਹ ਧੋ ਜਾਈਏ ਜੋ ਇਹਾਂ ਨਾ ਹੋਏ। ਕਿਸੇ ਨੇ ਆਖਿਆ ਇੱਥੇ ਮੇਰੇ ਨਾਲ ਫਲਾਣੇ ਤੀਰ ਤੇ ਚੱਲ, ਉਹ ਰੱਬ ਦਾ ਘਰ ਹੈ ਉੱਥੇ ਮਿਲਾਈਏ, ਕਿ ਲੱਗਾ ਉੱਥੇ ਤਾਂ ਜਾਵਾਂ ਜੇ ਇੱਥੇ ਨਾ ਹੋਵੇ। ਉਹ ਧੋ ਜਾਈਏ ਜੋ ਇਹਾਂ ਨਾ ਹੋਏ ਜੇ ਇੱਥੇ ਨਾ ਹੋਵੇ। ਪਰ ਕਹਿਣ ਲੱਗੇ ਇੱਥੇ ਤੇ ਉੱਥੇ ਦਾ ਝਗੜਾ ਤਾਂ ਖਤਮ ਹੋਵੇ ਜੇ ਗੁਰੂ ਮਿਲੇ ਤੇ ਗੁਰੂ ਦੀ ਪਛਾਣ ਹੋ ਗਈ। ਇਸ ਲਈ ਭਰਿਓ ਇੱਕ ਗੱਲ ਤੇ ਫੈਸਲਾ ਹੈ, ਆਪਣੇ ਗੁਰੂ ਨੂੰ ਪਛਾਣੋ ਤੇ ਗੁਰੂ ਦੇ ਕਹੇ ਹੋਏ ਹੁਕਮਾਂ ਬਚਨਾਂ ਰਾਹੀਂ ਦੁੱਧ ਵਿੱਚੋਂ ਘਿਓ ਵਾਂਗੂ ਰੱਬ ਨੂੰ ਪਛਾਣੋ। ਗੁਰੂ ਨੇ ਇਹ ਫੈਸਲਾ ਆਖਰੀ ਲਾਈਨ ਵਿੱਚ ਦਿੱਤਾ ਤੇ ਕਹਿਣ ਲੱਗੇ ਮੇਰੇ ਸੰਗਤ ਮਿਲ ਸੰਗਤ ਤਜ ਪਾਏ ਹੈ
ਤਰੀਕਾ ਗੁਰੂ ਦੀ ਪਛਾਣ ਤੇ ਗੁਰੂ ਦੇ ਹੁਕਮ ਰਾਹੀਂ ਰੱਬ ਦੀ ਪਛਾਣ। ਗੁਰੂ ਅਰਦਾਸ ਪਾਤਸ਼ਾਹ ਜੀ ਦਾ ਬਚਨ ਆਪਾਂ ਆਨੰਦ ਸਾਹਿਬ ਵਿੱਚ ਪੜ੍ਹਨੇ ਹਾਂ। ਆਵੋ ਸੰਤ ਪਿਆਰੇ, ਉਹ ਅਕੱਥ ਕੀ ਕਰੇ ਕਹਾਣੀ, ਰੱਬ ਦੀ ਗੱਲ ਕਰੀਏ ਕਿਵੇਂ ਮਿਲਦਾ ਹੈ, ਕਰੇ ਕਹਾਣੀ ਅਕੱਥ ਕਿਹੜੀ ਕਿਮ ਦੁਆਰੇ ਪਾਈ ਹੈ, ਰੱਬ ਕਿਵੇਂ ਮਿਲਦਾ ਇਹ ਸਮਝੀਏ। ਕਹਿਣ ਲੱਗੇ ਆਵੋ ਸੰਤ ਪਿਆਰੇ, ਉਹ ਅਕੱਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕੱਥ ਕਿਹੜੀ ਕਿਮ ਦੁਆਰੇ ਪਾਈ ਹੈ। ਤੇ ਜਵਾਬ ਸੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ। ਹਰੀ ਦਾ ਦੁਆਰ, ਰੱਬ ਦਾ ਘਰ ਨਹੀਂ ਮਿਲਣਾ, ਕਿਸੇ ਜੰਗਲਾਂ ਵਿੱਚ ਭਟਕਿਆ ਕਿਸੇ ਤੀਰਥਾਂ ਤੇ ਗਿਆ ਹੋਇਆ ਨਹੀਂ ਮਿਲਣਾ, ਬਿਨ ਗੁਰ ਨਾ ਪਾਵੇ ਗੋ ਹਰ ਜੀ ਕੋ ਦੁਆਰ। ਤਨ ਮਨ ਧਨ ਸਭ ਸੌਂਪ ਗੁਰ ਕੋ, ਤੇ ਆਖਿਆ ਉਹਨੂੰ ਸੌਂਪਣਾ ਕੀ ਹੈ, ਹੁਕਮ ਮੰਨਿਆ ਭਾਈ ਉਹਦੇ ਹੁਕਮ ਵਿੱਚ ਆਉਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ ਹੈ। ਤੇ ਫਿਰ ਕਹਿੰਦੇ ਹੁਕਮ ਮੰਨੋ ਗੁਰੂ ਕੇਰਾ ਕੀ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਦੀ ਤੈਨੂੰ ਪਛਾਣ ਹੋ ਗਏ, ਗੁਰੂ ਦਾ ਹੁਕਮ ਹੈ ਸੱਚੀ ਬਾਣੀ ਨੂੰ ਪੜ੍ਹ। ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਜਿਸ ਦਿਨ ਤੈਨੂੰ ਗੁਰੂ ਦੇ ਹੁਕਮ ਅਨੁਸਾਰ ਸੱਚੀ ਬਾਣੀ ਦੀ ਪਛਾਣ ਹੋ ਗਈ, ਉਸ ਦਿਨ ਤੇਰਾ ਨਿਤਨੇਮ ਵੀ ਪਵਿੱਤਰ ਹੋ ਜਾਏਗਾ, ਅੰਮ੍ਰਿਤ ਵੀ ਤੈਨੂੰ ਜੀਵਨ ਵਿੱਚ ਚੇਂਜ ਲਿਆਉਣ ਵਾਲਾ ਇਨਕਲਾਬੀ ਬਣ ਜਾਏਗਾ। ਫੈਸਲੇ ਬਾਣੀ ਦੇ, ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਹ ਹੈ ਅਕੱਥ ਕਹਾਣੀ ਮੇਰੇ ਮਾਲਕ ਦੀ, ਜਿਹੜੀ ਗੁਰੂ ਦੇ ਰਾਹੀਂ ਸਮਝ ਪੈਂਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਸਫਲ ਦੀ, ਤੇ ਸਾਰੀ ਐਗਜ਼ਰਸ਼ਨ ਦੌੜ ਭੱਜ ਦੀ ਥਕਾਵਟ ਆਪਣੇ ਘਰ ਆ ਕੇ ਉੱਤਰ ਜਾਂਦੀ ਹੈ। ਲੋਕ ਕਹਿੰਦੇ ਨੇ ਘਰ ਆ ਕੇ ਚੈਨ ਮਿਲਦਾ ਹੈ, ਵਾਹਿਗੁਰੂ। ਸੋ ਜਦੋਂ ਆਪਣੇ ਇਸ ਪਰਿਵਾਰ ਵਿੱਚ ਆਪਣੇ ਘਰ ਬੈਠਣਾ ਤੇ ਸਾਰੀ ਥਕਾਵਟ ਉੱਤਰ ਜਾਂਦੀ ਹੈ, ਤੁਹਾਡੇ ਸਾਰਿਆਂ ਦੇ ਸਨੇਹ ਕਾਰਨ, ਫਿਰ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।